ਹੋਏ ਸੀਗੇ, ਹਰੀਕੇ ਜਿਹੜਾ ਪੁਲ ਹੈ ਉਹ ਰੋਕ ਕੇ ਬਹਿ ਗਏ ਸੀ। ਇਸ ਕਰਕੇ ਕਹਿੰਦੇ ਜੀ ਇਹ ਝੂਠੀ ਐਫ ਆਈ ਆਰ ਦਰਜ ਹੋਈ ਹੈ, ਤੇ ਅੱਜ ਕਹਿੰਦੇ ਵੀ ਐਫ ਆਈ ਆਰ ਦਰਜ ਹੋ ਗਈ ਕਿ ਲਾਡੀ ਨੂੰ ਪਕੜ ਕੇ ਅੰਦਰ ਕਰ ਦਿਓ। ਮੇਰਾ ਇੱਕੋ ਸਵਾਲ ਹੈ ਸੁਖਬੀਰ ਜੀ, ਸੁਖਬੀਰ ਜੀ ਦੋ ਪੈਮਾਨੇ ਨਹੀਂ ਹੋ ਸਕਦੇ, ਇਫ ਐਫ ਆਈ ਆਰ ਇਜ਼ ਗੁੱਡ ਇਨਫ ਫੋਰ ਅਰੈਸਟ ਤਾਂ ਸਭ ਐਫ ਆਈ ਆਰ ਤੁਸੀਂ ਉਦੋਂ ਉਹ ਪੁਲ ਰੋਕਿਆ ਕਿਉਂ? ਤੇ ਜੇ ਐਫ ਆਈ ਆਰ ਮੇਰਾ ਜਿਹੜਾ ਮੰਨਣਾ ਹੈ ਇਲੈਕਸ਼ਨ ਕਮਿਸ਼ਨ ਦੇ ਤਹਿਤ ਅੱਜ ਦੇ ਦਿਨ ਆਮ ਨੋਬਡੀ ਟੂ ਕਮੈਂਟ ਅਪੋਨ ਦਾ ਫੰਕਸ਼ਨਿੰਗ ਆਫ ਦਾ ਐਸ ਐਚ ਓ ਔਰ ਐਨੀਬਡੀ ਐਲਸ। ਇਲੈਕਸ਼ਨ ਕਮਿਸ਼ਨ ਨੇ ਜਿਹੜੀ ਐਪਲੀਕੇਸ਼ਨ ਆਈ, ਕੰਪਲੇਂਟ ਆਈ, ਉਹਨੂੰ ਮਾਰਕ ਕੀਤਾ ਕਿ ਤੁਸੀਂ ਇਹਨੂੰ ਇਨਕੁਆਇਰ ਕਰਕੇ ਦੱਸੋ। ਸੋ ਅਕੋਰਡਿੰਗ ਟੂ ਮੀ ਦੇਰ ਆਰ ਥਰੀ ਏਜੰਸੀਜ਼ ਇਨਵੋਲਵ, ਵਨ ਇਜ਼ ਦਾ ਰੈਵਨਿਊ ਡਿਪਾਰਟਮੈਂਟ, ਵੀ ਸ਼ੁਡ ਹੈਵ ਗੋਨ ਐਂਡ ਚੈੱਕਡ ਵੀ ਜਿਹੜੇ ਉਹਨਾਂ ਨੇ ਖਸਰੇ ਨੰਬਰ ਆ ਜੋ ਉਹਨਾਂ ਨੇ ਪਾਇਆ ਹੈ ਲੋਕੇਸ਼ਨ, ਵੈਦਰ ਦੇ ਹੈਵ ਬਿਨ ਰੀਅਲੀ ਉਹੀ ਨੰਬਰ ਹੈ ਜਿੱਥੇ ਕੰਮ ਹੋ ਰਿਹਾ। ਸੈਕਿੰਡ ਵਾਜ ਇੰਡਸਟਰੀ ਮਿਨਿਸਟਰੀ ਆ ਜਿਹੜਾ ਮਾਈਨਿੰਗ ਵਾਲਾ ਡਿਪਾਰਟਮੈਂਟ ਹੈ, ਉਹ ਜਾ ਕੇ ਦੇਖਦਾ ਵੀ ਵਾਕਈ ਮੈਂ ਇਹਨਾਂ ਨੂੰ ਲਾਇਸੈਂਸ ਦੇ ਰੱਖਿਆ ਕਿ ਨਹੀਂ ਦੇ ਰੱਖਿਆ, ਠੀਕ ਸੀਗਾ ਪੁਲਿਸ। ਆਈ ਥਿੰਕ ਨੋਬਡੀ ਵੈਂਟ ਦੇਅਰ, ਇਨਫੈਕਟ ਜਿਹੜੇ ਐਸ ਐਚ ਓ ਸਾਹਿਬ ਦੇ ਉੱਤੇ ਕਮੈਂਟ ਕਰਦਾ ਮੈਨੂੰ ਕਹਿ ਰਹੇ ਹੋ, ਉਹ ਜਿਹੜੀ ਉਹ ਵੀ ਵੀਡੀਓ ਵਗੈਰਾ ਕੋਈ ਆਈ ਐਮ ਨੋਟ, ਮੇਰੇ ਕਹਿਣ 'ਤੇ ਆਈ ਕੈਨੋਟ ਕਮੈਂਟ ਔਨ ਦਾ ਅਥੈਂਟਿਸਿਟੀ ਆਫ ਦੋਜ਼ ਵੀਡੀਓਜ਼। ਬਟ ਅਗਰ ਉਦੋਂ ਰੋਕਿਆ ਜਾਵੇ ਉਸ ਮਸਲੇ ਨੂੰ ਜਿਹੜਾ 33,000 ਦਾ ਬਿੱਲ ਹੈ ਕਿ ਨਹੀਂ ਹੈ, ਐਜ਼ ਅਸੀਂ ਵੀ ਇਲੈਕਸ਼ਨ ਲੜਦੇ ਰਹੇ ਹਾਂ, ਬਰਾੜ ਸਾਹਿਬ ਤੁਸੀਂ ਵੀ ਲੜਦੇ ਰਹੇ ਹੋ, ਉਹ 33,000 ਦਾ ਬਿੱਲ ਜਿਹੜਾ ਹੈ ਉਸ ਹੋਟਲ ਦਾ ਉਹ ਅਕਾਲੀ ਕੈਂਡੀਡੇਟ ਦੇ ਖਰਚੇ 'ਚ ਪਾਇਆ ਜਾਊਗਾ, ਅਗਲੀ ਮੈਨੂੰ ਆਹ ਦੱਸੋ ਪਹਿਲਾਂ। ਐਲੀਗੇਸ਼ਨ ਹੈ, ਕੰਪਲੇਂਟ ਹੈ ਫੋਰ ਟੂ ਦ ਇਲੈਕਸ਼ਨ ਕਮਿਸ਼ਨ, ਦੇ ਆਰ ਨੋਟ ਰਿਪੋਰਟਿੰਗ ਟੂ ਕੈਪਟਨ ਸਾਹਿਬ ਔਰ ਟੂ ਦ ਚੀਫ ਸੈਕਟਰੀ, ਦੇ ਵਿਲ ਰਿਪੋਰਟ ਟੂ ਦ ਇਲੈਕਸ਼ਨ ਕਮਿਸ਼ਨ, ਐਂਡ ਆਈ ਥਿੰਕ ਵਨ ਸ਼ੁਡ ਬਿਲੀਵ ਅੱਜ ਇਲੈਕਸ਼ਨ ਕਮਿਸ਼ਨ ਹੀ ਅਗਰ ਸ਼ੱਕ ਦੇ ਦਾਇਰੇ 'ਚ ਆਇਆ ਖੜਾ, ਉਹਦੇ ਵਾਸਤੇ ਮੋਦੀ ਸਾਹਿਬ ਜ਼ਿੰਮੇਵਾਰ ਹੈ। ਅਸੀਂ